ਪ੍ਰਾ ਕਥਨ ਪਿਛਲੇ ਸ਼ਬਦ ਦੇ ਅਖੀਰ ਨਾਮ ਨਾ ਵਿਸਰਨ ਦੀ ਜਾਚਨਾ ਕੀਤੀ ਸੀ। ਹੁਣ ਪਹਿਲੀ ਤੁਕ ਵਿੱਚ ਅਵਰ ਕੇ ਕਰੀ ਵਿਚਾਰ ਕਹਿੰਦੇ ਹਨ, ਜਿਸ ਤੋਂ ਜਾਪਦਾ ਹੈ ਕਿ ਮਾਨੋ ਕਿਸੇ ਨੇ ਪ੍ਰਸ਼ਨ ਕੀਤਾ ਹੈ ਕਿ ਕਿਆ ਜੱਗ ਹੋਮ ਤਪ ਕਰਵੱਤ ਤਨ ਬਰਫੇ ਗਾਲਣਾ ਵੇਦ ਵਿਚਾਰ ਤੇ ਮਨ ਹੱਠ ਦੇ ਹੋਰ ਕਰਮ ਅਸਫਲ ਹਨ। ਉੱਤਰ ਵਿੱਚ ਪਹਿਲਾਂ ਆਪਣੇ ਦੁਆਰਾ ਮਾਨੋ ਆਪਣਾ ਨਾਮ ਸਿਮਰਨ ਦਾ ਤਜਰਬਾ ਤੇ ਹਾਲਤ ਦੱਸ ਕੇ ਸਾਰੇ ਕਰਮ ਗਿਣ ਕੇ ਨਾਮ ਦੀ ਤੁਲਤਾ ਤੇ ਨਾ ਅੱਪੜਦੇ ਦੱਸ ਕੇ ਫਿਰ ਨਾਮ ਦਾ ਉੱਚਾ ਫਲ ਦੱਸਦੇ ਤੇ ਉਪਦੇਸ਼ ਦਿੰਦੇ ਹਨ। ਸ੍ਰੀ ਰਾਗ ਮਹੱਲਾ ਪਹਿਲਾ, ਰਾਮ ਨਾਮ ਮਨ ਬੇਦਿਆ, ਅਵਰ ਕੇ ਕਰੀ ਵਿਚਾਰ। ਮੇਰਾ ਮਨ ਰਾਮ ਦੇ ਨਾਮ ਨਾਲ ਵਿੰਨਿਆ ਗਿਆ ਹੈ, ਹੁਣ ਮੈਂ ਹੋਰ ਵਿਚਾਰ ਕੀ ਕਰਾਂ। ਸ਼ਬਦ ਸੁਰਤ ਸੁਖ ਉਪਜੈ, ਪ੍ਰਭ ਰਾਤਾ ਸੁਖ ਸਾਰ। ਹਾਂ, ਪ੍ਰਭੂ ਦੇ ਪ੍ਰੇਮੀ ਹੋਏ ਰਹਿਣਾ ਸਾਰੇ ਸੁਖਾਂ ਦਾ ਸਾਰ ਸੁਖ ਹੈ। ਅਰਦਾਸ। ਜਿਉ ਭਾਵੈ ਤਿਉ ਰਾਖ ਤੂੰ, ਮੈਂ ਹਰ ਨਾਮ ਆਧਾਰ। ਹੇ ਪ੍ਰਭੂ, ਜਿਵੇਂ ਤੈਨੂੰ ਭਾਵੇ ਮੈਨੂੰ ਤੂੰ ਤਿਵੇਂ ਰੱਖ, ਪਰ ਮੈਨੂੰ ਆਪਣੇ ਹਰ ਨਾਮ ਦਾ ਆਧਾਰ ਦੇਈ ਰੱਖ। ਮਨ ਰੇ ਸਾਚੀ ਖਸਮ ਰਜਾਈ। ਹਾਂ ਹੇ ਮੇਰੇ ਮਨ, ਮਾਲਕ ਦੀ ਰਜਾ ਸੱਚੀ ਸ਼ੈ ਹੈ। ਜਿਨ ਤਨ ਮਨ ਸਾਜ ਸਿਗਾਰਿਆ, ਤਿਸ ਸੇਤੀ ਲਿਵਲਾਇ ਰਹਾਉ। ਜਿਸ ਨੇ ਤੇਰਾ ਮਨ ਤੇ ਤਨ ਸਾਜਿਆ ਤੇ ਸੰਵਾਰਿਆ ਹੈ, ਉਸ ਨਾਲ ਲਿਵ ਲਾ ਰਹਾਉ। ਲਿਵ ਦਾ ਮਾਰਗ ਤੂੰ ਨਾ ਧਾਰੇ ਤੇ ਤਪਾਂ ਹਠਾਂ ਦੇ ਰਸਤੇ ਪਵੇਂ ਤਾਂ ਸਫਲਤਾ ਨਹੀਂ ਦੇਖ। ਤਨ ਬੈ ਸੰਤਰ ਹੋਮੀਐ, ਇਕ ਰੱਤੀ ਤੋਲ ਕਟਾਈ। ਜੇ ਆਪਣੇ ਸਰੀਰ ਨੂੰ ਇੱਕ ਰੱਤੀ ਰੱਤੀ ਭਰ ਤੋਲ ਕੇ ਕੱਟੀਏ ਤੇ ਅਗਨੀ ਵਿੱਚ ਹੋਮ ਕਰ ਦੇਈਏ। ਤਨ ਮਨ ਸਮਦਾ ਜੇ ਕਰੀ, ਅਨ ਦਿਨ ਅਗਨ ਜਲਾਏ। ਜੇ ਤਨ ਤੇ ਮਨ ਦੋਹਾਂ ਨੂੰ ਜਗ ਅਗਨੀ ਦੇ ਕੁੰਡ ਵਿੱਚ ਪਾਉਣ ਵਾਲੀਆਂ ਲੱਕੜੀਆਂ ਬਣਾ ਲਈਏ ਤੇ ਰੋਜ਼ ਰੋਜ਼ ਅੱਗ ਵਿੱਚ ਬਾਲਦੇ ਰਹੀਏ। ਹਰ ਨਾਮੈ ਤੁਲ ਨਾ ਪੁੱਜਈ, ਜੇ ਲੱਖ ਕੋਟੀ ਕਰਮ ਕਮਾਏ। ਤੇ ਨਾਲ ਇਹੋ ਜਿਹੇ ਹੋਰ ਕਰਮ ਲੱਖਾਂ ਕਰੋੜਾਂ ਕਮਾਉਂਦੇ ਰਹੀਏ ਤਾਂ ਵੀ ਉਹ ਸਾਰੇ ਹਰੀ ਨਾਮ ਦੀ ਤੁਲਨਾ ਨੂੰ ਨਹੀਂ ਪਹੁੰਚਣਗੇ। ਅਰਧ ਸਰੀਰ ਕਟਾਈਐ, ਸਿਰ ਕਰਵੱਤ ਤਰਾਏ। ਜੇ ਸਿਰ ਤੇ ਕਰਵੱਤ ਆਰਾ ਤਰਵਾ ਕੇ ਸਰੀਰ ਨੂੰ ਅੱਧੋ ਅੱਧ ਕਟਵਾ ਲਈਏ। ਤਨ ਹੈ ਮੰਚਲ ਗਾਲੀਐ, ਭੀ ਮਨ ਤੇ ਰੋਗ ਨਾ ਜਾਏ। ਹਾਂ, ਚਾਹੋ ਤਨ ਨੂੰ ਹਿਮਾਲਿਆ ਪਹਾੜ ਦੀ ਬਰਫ਼ ਵਿੱਚ ਗਲਾ ਸੱਟੀਏ, ਤਦ ਵੀ ਮਨ ਤੋਂ ਹਉਮੈ ਦਾ ਰੋਗ ਨਹੀਂ ਜਾਏਗਾ। ਹਰ ਨਾਮੈ ਤੁਲ ਨਾ ਪੁੱਜਈ, ਸਭ ਡਿੱਠੀ ਠੋਕ ਵਜਾਏ। ਇਹ ਸਭ ਕੁਛ ਕੀਤਾ ਹਰੀ ਨਾਮ ਦੀ ਤੁਲਨਾ ਵਿੱਚ ਨਹੀਂ ਪਹੁੰਚੇਗਾ। ਅਸਾਂ ਸਭੋ ਕੁਛ ਚੰਗੀ ਤਰ੍ਹਾਂ ਪਰਖ ਕਰਕੇ ਵੇਖ ਲਿਆ ਹੈ, ਭਾਵ ਐਵੇਂ ਨਹੀਂ ਅਸੀਂ ਕਹਿ ਰਹੇ। ਸਭ ਕੁਛ ਜਾਣਦੇ ਹੋਏ ਫਿਰ ਚੰਗੀ ਤਰ੍ਹਾਂ ਪਰਤਾ ਕੇ ਤੇ ਵਿਚਾਰਾਂ ਕਰਕੇ ਕਹਿ ਰਹੇ ਹਾਂ। ਕੰਚਨ ਕੇ ਕੋਟ ਦਤ ਕਰੀ, ਬਹੁ ਹੈ ਵਰ ਗੈ ਵਰਦਾਨ। ਸੋਨੇ ਦੇ ਕੋਟ ਪੁੰਨ ਕਰਦਿਆਂ, ਬਹੁਤੇ ਚੰਗੇ ਘੋੜੇ ਤੇ ਸ੍ਰੇਸ਼ਟ ਹਾਥੀ ਦਾਨ ਦੇ ਦਿਆਂ। ਭੂਮ ਦਾਨ ਗਊਆ ਕਣੀ, ਪੀ ਅੰਤਰ ਗਰਭ ਗੁਮਾਨ। ਜ਼ਿਮੀ ਦਾਨ ਕਰਾਂ ਬਹੁਤੀਆਂ ਗਊਆਂ ਮਨਸ ਦਿਆਂ,
ਤਦ ਵੀ ਅੰਦਰ ਦਾਤਾਂ ਦੇਣ ਦਾ ਗਰਬ ਭਾਵ ਹੰਕਾਰ ਬਣਿਆ ਰਹਿੰਦਾ ਤੇ ਦਾਤਾ ਹੋਣ ਦਾ ਗੁਮਾਨ ਵੱਧਦਾ ਰਹਿੰਦਾ ਹੈ ਤੇ ਇਹ ਸਭ ਕੁਛ ਅਸਫਲ ਦੇਖ ਕੇ ਮੈਂ ਗੁਰੂ ਪਾਸ ਗਿਆ। ਰਾਮ ਨਾਮ ਮਨ ਬੇਦਿਆ ਗੁਰ ਦੀਆ ਸੱਚ ਦਾਨ। ਉਸ ਗੁਰੂ ਨੇ ਮੈਨੂੰ ਦਾਨ ਦਿੱਤਾ ਸੱਚ। ਉਹ ਸੱਚ ਕੀ ਹੈ ਸੀ? ਇਹੋ ਜੋ ਮਨ ਰਾਮ ਦੇ ਨਾਮ ਨਾਲ ਵਿੰਨਿਆ ਗਿਆ ਹੈ। ਮਨ ਹਠ ਬੁੱਧੀ ਕੇਤੀਆ ਕੇਤੇ ਬੇਦ ਵਿਚਾਰ। ਆਪੋ ਆਪਣੇ ਮਨ ਦੀਆਂ ਹੱਠ ਵਾਲੀਆਂ ਅਕਲਾਂ ਅਨੇਕਾਂ ਪਈਆਂ ਹੋਣ। ਵੇਦ ਆਦਿ ਸ਼ਾਸਤਰਾਂ ਦੇ ਪੜ੍ਹੇ ਸੁਣੇ ਵਿਚਾਰ ਕਈ ਪਏ ਹੋਣ, ਹੋਰ ਇਸ ਪ੍ਰਕਾਰ ਦੇ ਕਈ ਉਪਰਾਲੇ ਹੋਣ। ਕੇਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ। ਸਭ ਜੀ ਦੇ ਬੰਧਨ ਹੋ ਟੁੱਕਦੇ ਹਨ। ਮੁਕਤੀ ਦਾ ਦੁਆਰਾ ਕੇਵਲ ਗੁਰੂ ਦੁਆਰਾ ਮਿਲਦਾ ਹੈ। ਸੱਚ ਹੋ ਓਰੈ ਸਭ ਕੋ ਉੱਪਰ ਸੱਚ ਆਚਾਰ। ਉੱਪਰ ਦੱਸੇ ਸੱਚ ਤੋਂ ਸਭ ਕੁਛ ਹੇਠਾਂ ਹੈ। ਇਹ ਸੱਚ ਦਾ ਆਚਾਰ ਅਰਥਾਤ ਨਾਮ ਦਾ ਸਿਮਰਨ ਸਭ ਜੱਗਾਂ ਹੋਮਾਂ ਤਪਾਂ ਦਾਨਾਂ ਸਿਆਣਪਾਂ ਤੇ ਵਿਦਿਆ ਆਦਿ ਤੋਂ ਉੱਚਾ ਹੈ। ਸੱਚ ਹੋ ਓਰੈ ਸਭ ਕਿਹੋ ਲਖ ਸਿਆਣਪ ਸਭਾ ਥੋੜੀ। ਉੱਪਰ ਸੱਚ ਆਚਾਰ ਚਮੋੜੀ। ਭਾਈ ਗੁਰਦਾਸ ਜੀ, ਹੁਣ ਤੋਲ ਮਾਪ ਵਾਲੀ ਦ੍ਰਿਸ਼ਟੀ ਤੋਂ ਉੱਠ ਕੇ ਬ੍ਰਹਮ ਦ੍ਰਿਸ਼ਟੀ ਨਾਲ ਸਭ ਕਿਸੇ ਨੂੰ ਦੇਖਦੇ ਹਨ। ਸਭ ਕੋ ਉੱਚਾ ਆਖੀਐ ਨੀਚਨਾ ਦੀ ਸਹਿ ਕੋਏ। ਸਭ ਕਿਸੇ ਨੂੰ ਉੱਚਾ ਹੀ ਆਖੀਏ ਤਾਂ ਠੀਕ ਹੈ, ਕਿਉਂਕਿ ਬ੍ਰਹਮ ਦ੍ਰਿਸ਼ਟੀ ਨਾਲ ਦੇਖਿਆ ਨੀਚ ਕੋਈ ਨਹੀਂ ਦਿਸਦਾ। ਇੱਕ ਨੈ ਭਾਂਡੇ ਸਾਜਿਐ ਇੱਕ ਚਾਨਣ ਤਿਹ ਲੋਏ। ਦੇਖੋ ਇੱਕੋ ਹੀ ਮਿੱਟੀ ਤੋਂ ਸਾਰੇ ਸਰੀਰ ਰਚੇ ਗਏ ਹਨ ਤੇ ਤਿੰਨਾਂ ਲੋਕਾਂ ਭਾਵ ਸਾਰੇ ਸੰਸਾਰ ਵਿੱਚ ਇੱਕੋ ਚਾਨਣਾ ਹੈ, ਅਰਥਾਤ ਹਰੀ ਦੀ ਜੀਵਨ ਸੱਤਾ ਇੱਕੋ ਹੀ ਸਾਰਿਆਂ ਲੋਕਾਂ ਨੂੰ ਜੀਵਨ ਦੇ ਰਹੀ ਹੈ। ਹੁਣ ਰਹੀ ਸੱਚ ਅਰਥਾਤ ਸੱਚੇ ਨਾਮ ਦੀ ਗੱਲ, ਜੋ ਅਸੀਂ ਕਹਿੰਦੇ ਆਏ ਹਾਂ, ਕਰਮ ਮਿਲੈ ਸੱਚ ਪਾਈਐ ਧੁਰ ਬਖਸ਼ ਨ ਮੇਟੈ ਕੋਈ। ਸੋ ਉਹ ਸੱਚਾ ਨਾਮ ਵੀ ਉਸ ਇੱਕੋ ਦੀ ਬਖਸ਼ਿਸ਼ ਦੁਆਰਾ ਮਿਲੇ ਤਾਂ ਪਾਈਦਾ ਹੈ ਅਤੇ ਉਸ ਧੁਰੋਂ ਹੋਈ ਬਖਸ਼ਿਸ਼ ਨੂੰ ਕੋਈ ਮੇਟ ਹੀ ਨਹੀਂ ਸਕਦਾ। ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਭਾਈ। ਬਖਸ਼ਿਸ਼ ਦਾ ਪ੍ਰਕਾਰ ਇਉਂਦਾ ਹੈ ਕਿ ਜਦੋਂ ਬਖਸ਼ਿਸ਼ ਦਾ ਉਦੈ ਹੁੰਦਾ ਹੈ ਤਾਂ ਸਾਧਨਾ ਦੀ ਇੱਛਾ ਵਾਲਾ ਹੋ ਕੇ ਜੀਵ ਮਿਲ ਪੈਂਦਾ ਹੈ। ਸਾਧੂ ਭਾਵ ਸਾਧਨਾ ਨਾਲ ਸਿੱਧੀ ਨੂੰ ਪ੍ਰਾਪਤ ਹੋਏ ਉਸ ਪੁਰਖ ਨੂੰ ਗੁਰੂ ਭਾਵਨਾ ਦੁਆਰਾ ਮਨ ਵਿੱਚ ਸੰਤੋਖ ਆ ਵਸਦਾ ਹੈ। ਅਕਥ ਕਥਾ ਵਿਚਾਰੀਐ ਜੇ ਸਤਿਗੁਰ ਮਾਹਿ ਸਮਾਇ। ਹੁਣ ਜੇ ਉਸ ਸਤਿਗੁਰੂ ਵਿੱਚ ਸਮਾ ਜਾਵੇ ਤਾਂ ਅਕਥ ਭਾਵ ਅਕਾਲ ਪੁਰਖ ਦੀ ਕਥਾ ਦਾ ਵਿਚਾਰ ਭਾਵ ਗਿਆਨ ਵਿਚਾਰ ਪ੍ਰਾਪਤ ਹੁੰਦਾ ਹੈ। ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਦਾ ਜਾਏ। ਇਉਂ ਉਹ ਬਖਸ਼ਿਸ਼ ਨੂੰ ਪ੍ਰਾਪਤ ਜੀਵ ਵਾਹਿਗੁਰੂ ਦੇ ਪ੍ਰਾਪਤੀ ਰੂਪੀ ਅੰਮ੍ਰਿਤ ਨੂੰ ਪੀਏਗਾ ਤੇ ਤ੍ਰਿਪਤ ਹੋ ਜਾਏਗਾ। ਜਦ ਦਰਗਾਹ ਵਿੱਚ ਜਾਏਗਾ ਤਾਂ ਪੈਦਾ ਅਰਥਾਤ ਆਤਮਿਕ ਲਿਬਾਸ ਨਾਲ ਸੁਸ਼ੋਭਿਤ ਜਾਏਗਾ। ਉਂਝ ਦੇਖੋ ਤਾਂ ਵਾਹਿਗੁਰੂ ਦੀ ਮਿਹਰ ਵੀ ਹਰ ਜੀਵ ਉੱਤੇ ਹਰ ਵੇਲੇ ਹੋ ਰਹੀ ਹੈ, ਕਿਉਂਕਿ ਘਟ ਘਟ ਵਾਜੈ ਕਿੰਗੁਰੀ ਅਣਦਿਨ ਸ਼ਬਦ ਸੁਭਾਈ। ਹਰ ਹਿਰਦੇ ਵਿੱਚ ਹਰ ਵੇਲੇ ਸੁਭਾਵਕ ਹੀ ਸ਼ਬਦ ਦੁਆਰਾ ਕਿੰਗਰੀ ਵੱਜ ਰਹੀ ਹੈ। ਜਿਸ ਵੱਲੋਂ ਵਿਰਲੇ ਕਉ ਸੋਝੀ ਪਈ ਗੁਰਮੁਖ ਮਨ ਸਮਝਾਇ। ਜੀਵ ਗਾਫਲ ਹਨ, ਹਾਂ ਕਿਸੇ ਵਿਰਲੇ ਨੂੰ ਇਸ ਦੀ ਸੋਝੀ ਪੈਂਦੀ ਹੈ ਜੋ ਕਿ ਮਨ ਨੂੰ ਗੁਰੂ ਦੁਆਰਾ ਸਬੁੱਧ ਕਰ ਲੈਂਦਾ ਹੈ।
नानक नाम ना विसरै छूटै शब्द कमाए। सो हे नानक, जो कोई गुरु दे शब्द नू कमाएगा ते नाम विच रहेगा, ऐसा कि उसनू नाम विसरे ही ना, ओह मुक्त हो जाएगा। व्याख्या। इस अष्टपदी विच दसे नाम ना विसरे विच अपने द्वारा नामी पुरख की अवस्था वर्णन करते हैं। यह विषय रहाओ दे अंत तक चलता है। मन विच राम दा नाम वसे ऐसा कि ओह उसनू विन के मानो अंदर तस गया है। इस तरह जिस दी सुरत विच नाम प्रो हो गया ते जो इस तरह प्रभ रातो हो गया है, अर्थात प्रभु प्रेम दी रंगण दा रंगिया होया बन गया है, ते जो वाहिगुरु दे परने रहिंदा है ओह अरदास करदा है कि मैनू इह नाम दा आधार दे ही रख। होर जिवें तू रखे मैं उस तरह तेरी रजा विच रहा। फिर इस दा वेरवा रहाओ विच कीता है कि खसम दी रजा सदा सच्ची है, ओहनू मन लवे मिठी करके, इउं समझे कि मेरा तां कुछ है ही नहीं, जियो पिंड सब उस दा है। फिर उसे दी रजा विच तुरना ते उसे नाल लिव लाई रखना, यही उस तों कदे ना विछड़ना होया, ते ना विछड़ने ही तां परमगति है। हुण अंक 1 तों 5 दे अंत तक ओह साधन लैंदे हन जो हिंदुस्तान विच तदों विशेष प्रविरत सन ते जो नाम दे मुकाबले ते तुश सन ते हन। अंक 5 दे अखीर ते फरमाउंदे हन, सच हो उरै सब को उपर सच आचार। इस तुक दा संबंध पिछले सारे उचारे ख्यालां नाल है। इस दा उस तों विछोड़ के निरा इह अर्थ करना कि सच बोलना सब तों उच्चा है ते सच बोलण तों उच्चा सच दा आचार है। इस अर्थ दे असली अर्थ दी विशालता नूं घटाउणा है। इह सच तां उस सच विच शामिल है जो गुरु जी इस तुक तों पहलियां तुकां विच दस आए हन। निरा यह अर्थ नहीं जो चलदे आए ख्याल दी लड़ी नूं भुला के इको एहो विकलोतरा अर्थ कर देना है। पिछे जो सच निरूपण करदे आए हन उह सच इस प्रकार है, हरी नाम नाल मन दा विन्ने जाना, प्रभ राता होना, खसम दी रजाए ते टिकना ते उस विच लेव लाउणी। फिर अंक 4 दे अखीर गुरु जी ने इस सच दी व्याख्या आप कर दिती है। राम नाम मन बिद्या गुर दिया सच दान। जिहड़ा राम दे नाम नाल विन्या गया है यह सच गुरु ने मैनू दान कीता है। जे गुरु जी दे उस सच दा होर वेरवा वेखना होवे कि जो सच सब कर्म धर्म हठ जोग जग हवन तप तो उपर है, जिस लई नाम तुल कछ अवर न होए फुरमाया है, ता आसा दी वार दी दसवीं पौड़ी दे श्लोक विच देखो। सच ता पर जानिए जारदै सच्चा होए, कूड़ की मल उतरै तन करे हच्छा धोए। सच ता पर जानिए जा सच तरे प्यार, नाओ सुन मन रहसी ता पाए मोख द्वार। सच ता पर जानिए जा जुगत जाने जीओ, धरत काया साधकै विच दे करता बीओ। सच ता पर जानिए जा सिख सच्ची ले, दया जाने जी की किश पुन दान करे। सच ता पर जानिए जा आत्म तीर्थ करे निवास, सतगुरु नो पुछ कै बह रह करे निवास। सच सबना होए दारू पाप कड्डै धोए,
नानक वखाणै बेनती जिन सच पल्लै होय। वार आसा महला पहला। यह सच है जो सब तो उपर है कि जो हर गुरसिख दे पल्ले होना गुरु जी लोचदे हन। अंक छे विच जगत दे जीवां नू ब्रह्म दृष्टि नाल देखदे हन। पिछले अंकां विच तपां हठां जगां होमां दानां आदि नू जो नीवां कहा ओह एक तुलवी विचार दृष्टि सी जो एक अमर वाकिया दा निर्णा करदी सी। हुण ब्रह्म दृष्टि है जिस विच समता ही समता हुंदी है। यह दृष्टि दसदी है कि करतार वल्लों कोई वध घट वरताओ नहीं हो रहा अते जीव भी किसी निंदत नजर नाल नहीं वेखे जाने चाहिए ते जथारथ समझ दित्ती है सदा हो रही बख्शिश दे भागी होण दी। शरीरां दा इको तरह ते तत्तां दा होना वाहिगुरु दी इको जोत दा सब विच होना दस के उस दी रहमत नूं भी इको जिहा घट घट विच शब्द दे रूप विच दस दे वसदे होना जो पार उतारे दा वसीला है। वर्णन कीता है यह गल अगेरे चल के घट घट वाजै किंगरी विच दसी गई है। अंक सत विच हुण पहला विशेष कृपा नूं लैंदे हन कि गुरु दे वसीले हुंदी है साधक साधु नूं मिले उस विच जीव दी गुरमुख जां गुरु भावना होवे तद संतोख आउंदा है। यह संतोख होर साधना दी जो वाहिगुरु प्राप्ति लई सफल हन लोड़ मेट के तसली पूर्वक सिमरन विच ला देंदा है। फिर सतगुर माहे समाए अर्थात उसकी आग्या पालन उसकी सुरत नाल सुरत मेलन नाल वाहिगुरु की गल बात समझे पैंदी ते प्राप्ति का अमृत मिलके तृप्ति हो जाती है। इथे जेड़ा संतोखिया पद कहा है इसका भाव तृप्ति है। आत्म तृप्ति इसका फल है पूर्ण पद की प्राप्ति। जिसनों इसे अंक सत्त विच दर्ग है पैदा जाए तोक विच दसिया है जो गल के अंक अठ दे अखीर फिर स्पष्ट कर दिती है। छूटै शब्द कमाए आख के छूटै दा साफ अर्थ है मुक्ति पाएगा निरुक्त। वेद्या दा भाव है संस्कृति विच वेदन हिंदी विच वेदना विन्या गया है। मन दे उपर उपर नहीं पर मन दे अंदर डूंगा लै गया है। कुछ ऐदां दा भाव है कि सग्यात मन तो नीवा लह के अर्ध सग्यात ते फिर अग्यात मन दियां डूंगियां तहां तक चला गया है। सग्यात मन ओह है जो जागृत विच काम करदा है। अर्ध सग्यात मन स्वप्न विच भी जागदा ते काम करदा है। अग्यात मन सुखोपती विच भी जागदा हुंदा है। शब्द सुरत भाव है सुरत विच शब्द की समाई अवस्था। इसे निरुक्त विच अगे वेखो किंगुरी पद नंबर दो ज्ञान मार्ग वाले इस दा अर्थ करदे हन गुरु दे उपदेश तो उपजी सुरत भाव विचार जां ज्ञान। नंबर तीन अथवा गुरु दे उपदेश विच लाए ध्यान नाल। नंबर चार योगी अर्थ करदे हन अनाहद शब्द विच लगी सुरत। प्रभ रातव दा भाव है प्रभु दे प्रेम विच रत्ते रहन नाल प्रभु दे प्रेमी होए रहन नाल ओह जो प्रभु दे प्रेम विच रच रहा है। सुख सार दा भाव है सार सुख है सारे सुखां दा तत रूप सुख है सब तो श्रोमणी सुख है। बैसंतर दा भाव है अग विच। होमियां दा भाव है संस्कृति विच हवन। किसे देवता आदि दे निमित जौ तिल घ्यो आदि की आहुति देनी अग्नि विच होम करिए। हवन पुरातन समय कर्म विश्वासी लोकां दा एक वड्डा साधन सी। योग समय भी होम करदे सन। होम कई प्रकार दे सन असमेध गोमेध आदिक। इन्हां विच एक जग पुरख मेध भी सी जिस विच मनुख दी बलि देंदे सन। रत्ती तोल कटाए
ਇਹੋ ਅਹੁਤੀ ਦੇਣ ਦਾ ਖਿਆਲ ਮੌਜੂਦ ਹੈ। ਸਮੰਦਾ ਦਾ ਭਾਵ ਹੈ ਲੱਕੜੀਆਂ, ਬਾਲਣ ਦੀਆਂ ਲੱਕੜਾਂ, ਪਰ ਵਿਸ਼ੇਸ਼ ਕਰਕੇ ਉਹਨਾਂ ਨੂੰ ਆਖਦੇ ਸਨ ਜੋ ਜੱਗ ਸਮੇਂ ਹੋਮ ਲਈ ਬਾਲੀਆਂ ਜਾਂਦੀਆਂ ਸਨ। ਕਰਵੱਤ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਕਲਪਤਰੰਗ, ਆਰਾ, ਲੱਕੜੀ ਕੱਟਣ ਦਾ ਹਥਿਆਰ। ਆਰੀ ਛੋਟੀ ਹੁੰਦੀ ਹੈ, ਆਰਾ ਵੱਡਾ ਹੁੰਦਾ ਹੈ। ਬਨਾਰਸ ਵਿੱਚ ਇੱਕ ਵੱਡਾ ਆਰਾ ਹੁੰਦਾ ਸੀ ਜਿਸ ਹੇਠਾਂ ਸਿਰ ਧਰ ਕੇ ਆਪਣੇ ਸਰੀਰ ਨੂੰ ਦੋ ਫਾਂਗ ਚਿਰਵਾ ਕੇ ਲੋਕ ਸਮਝਦੇ ਸਨ ਮੁਕਤੀ ਮਿਲਦੀ ਹੈ। ਐਸਾ ਆਰਾ ਪ੍ਰਯਾਗ ਵਿੱਚ ਵੀ ਹੁੰਦਾ ਸੀ। ਅੰਗਰੇਜ਼ੀ ਰਾਜ ਵਿੱਚ ਇਹ ਕਰਮ ਬੰਦ ਕੀਤੇ ਗਏ। ਹਿਮਾਚਲ ਦਾ ਭਾਵ ਹੈ ਸੰਸਕ੍ਰਿਤ ਵਿੱਚ ਹਿਮਾਚਲ, ਭਾਵ ਬਰਫ਼ ਦਾ ਪਹਾੜ। ਹਿਮਾਚਲ ਵਿੱਚ, ਹਿਮਾਲਿਆ ਪਹਾੜ ਵਿੱਚ। ਅਗਲੇ ਸਮੇਂ ਕਈ ਲੋਕ ਹਿਮਾਲਿਆ ਦੇ ਬਰਫਾਨੀ ਥਾਈਂ ਜਾ ਕੇ ਤਪ ਕਰਦੇ, ਉੱਥੇ ਹੀ ਪ੍ਰਾਣ ਤਿਆਗਦੇ ਸਨ। ਇਸ ਨੂੰ ਹਿਮਾਚਲ ਵਿੱਚ ਸਰੀਰ ਗਾਲਣਾ ਆਖਦੇ ਸਨ, ਜਿਵੇਂ ਪਾਂਡਵ ਗਲੇ ਲਿਖੇ ਹਨ। ਕੰਚਨ ਕੇ ਕੋਟ, ਸੋਨੇ ਦੇ ਕਿਲੇ। ਗੁਰੂ ਜੀ ਦਾ ਇਸ਼ਾਰਾ ਲੰਕਾ ਵੱਲ ਜਾਪਦਾ ਹੈ, ਜੋ ਸੋਨੇ ਦੀ ਬਣੀ ਹੋਈ ਪ੍ਰਸਿੱਧ ਹੈ। ਭਾਵ ਹੈ ਕਿ ਕਿਤਨਾ ਬੜਾ ਦਾਨੀ ਹੋ ਜਾਵਾਂ ਕਿ ਸੋਨੇ ਦੀ ਲੰਕਾ ਵਰਗੇ ਕੋਟ ਕਿਲੇ ਦਾਨ ਕਰ ਸਕਾਂ। ਕਈ ਸੱਜਣ ਖਿਆਲ ਕਰਦੇ ਹਨ ਕਿ ਕਿਲੇ ਸੋਨੇ ਦੇ ਖਜ਼ਾਨੇ ਨਾਲ ਭਰੇ ਹੋਏ ਦਾਨ ਕਰਾਂ, ਜਿਵੇਂ ਬੋਧੀ ਰਾਜਾ ਹਰਸ਼ ਹਰ ਸਾਲ ਸਾਰਾ ਖਜ਼ਾਨਾ ਦਾਨ ਕਰ ਦਿਆ ਕਰਦਾ ਸੀ। ਦਾਤ ਕਰੀ ਤੋਂ ਭਾਵ ਪੁੰਨ ਕਰ ਦੇਣ ਦਾ ਹੈ। ਦਾਨ ਤੇ ਦਾਤ ਦਾ ਭਾਵ ਲਗਭਗ ਇੱਕੋ ਹੀ ਹੈ। ਦਾਤ ਵਿੱਚ ਭਲੇ ਅਰਥ ਦੇ ਦੇਣਾ ਹੈ, ਦਾਨ ਵਿੱਚ ਵਿਧੀ ਅਨੁਸਾਰ ਦੇਣ ਦੀ ਝਲਕ ਹੈ। ਸੰਸਕ੍ਰਿਤੀ ਵਿੱਚ ਦੱਤ ਭਾਵ ਦਿੱਤਾ ਹੋਇਆ। ਹੈਵਰ ਹੈ ਪਲੱਸ ਵਾਰ ਚੰਗੇ ਘੋੜੇ, ਗੈਵਰ ਗੈ ਪਲੱਸ ਵਾਰ ਚੰਗੇ ਹਾਥੀ। ਮਨਹਠ ਬੁੱਧੀ, ਉਹ ਬੁੱਧੀ ਜੋ ਆਪ ਨੂੰ ਦਰੁਸਤ ਸਮਝਦੀ ਤੇ ਉਸ ਉੱਪਰ ਹੱਠ ਧਾਰਦੀ ਹੈ ਤੇ ਹੋਰ ਕਿਸੇ ਨੂੰ ਗਥਰ ਹੇਠ ਨਹੀਂ ਲਿਆਉਂਦੀ। ਵਿਸ਼ੇਸ਼ ਭਾਵ ਹੈ ਉਸ ਪੁਰਖ ਤੋਂ ਜੋ ਗੁਰੂ ਦੀ ਮਤ ਧਾਰਨ ਨਹੀਂ ਕਰਦਾ ਤੇ ਆਪਣੀ ਮਨ ਦੀ ਮਤ ਦੇ ਮਗਰ ਹੱਠ ਨਾਲ ਤੁਰਦਾ ਹੈ। ਲੋਏ ਦਾ ਭਾਵ ਹੈ ਲੋਕ, ਉਰੇ ਦਾ ਭਾਵ ਹੈ ਪੰਜਾਬੀ ਵਿੱਚ ਉਰੇ, ਅੱਗੇ ਪਦ ਉੱਪਰ ਪਿਆ ਹੈ, ਇਸ ਕਰਕੇ ਉਰੇ ਦਾ ਅਰਥ ਹੇਠਾਂ ਜਾਂ ਨੀਵਾਂ ਕਰੀਦਾ ਹੈ। ਭਾਂਡੇ ਦਾ ਭਾਵ ਹੈ ਬਰਤਨ, ਭਾਵ ਹੈ ਸਰੀਰ। ਸਾਧ ਸਾਧੂ ਦੋਹਾਂ ਦਾ ਮੂਲ ਅਰਥ ਹੈ ਭਲਾ ਲੋਕ, ਦੂਸਰਾ ਅਰਥ ਹੈ ਸਾਧਨਾ ਕਰਨ ਵਾਲਾ। ਪਰ ਇੱਥੇ ਵਿਤਕੇਰਵਾਂ ਭਾਵ ਰੱਖਿਆ ਗਿਆ ਹੈ ਸਪਸ਼ਟ। ਸਾਧ ਦਾ ਭਾਵ ਹੈ ਉਹ ਜੋ ਪਰਮੇਸ਼ਰ ਦੀ ਪ੍ਰਾਪਤੀ ਲਈ ਸਾਧਨਾ ਕਰਨੀ ਚਾਹੁੰਦਾ ਹੈ, ਲੱਗਾ ਹੋਇਆ ਜਗਿਆਸੂ ਜਾਂ ਸਿੱਖ। ਸਾਧੂ ਜਨਾਂ ਦਾ ਭਾਵ ਹੈ ਉਹ ਜੋ ਸਾਧਨਾ ਕਰਕੇ ਸਾਧੂ ਹੋ ਗਿਆ ਹੈ, ਲੱਗਾ ਹੋਇਆ ਜਗਿਆਸੂ ਜਾਂ ਸਿੱਖ। ਸਾਧੂ ਜਨਾਂ ਦਾ ਭਾਵ ਹੈ ਉਹ ਜੋ ਸਾਧਨਾ ਕਰਕੇ ਸਾਧੂ ਹੋ ਗਿਆ ਹੈ ਤੇ ਸਾਈਂ ਦਾ ਜਾਨ ਬਣ ਚੁੱਕਾ ਹੈ, ਭਾਵ ਗੁਰਮੁਖ ਜਨ ਨੂੰ। ਇਸ ਤੁਕ ਦਾ ਅਰਥ ਇਉਂ ਵੀ ਕਰਦੇ ਹਨ ਕਿ ਭਲੇ ਪੁਰਖ ਨੂੰ ਭਲਾ ਪੁਰਖ ਮਿਲੇ ਤਾਂ ਸੰਤੋਖ ਫਲ ਹੁੰਦਾ ਹੈ, ਪਰ ਇਹ ਅਰਥ ਚੱਲ ਰਹੇ ਪ੍ਰਸੰਗ ਨਾਲ ਢੁਕਦਾ ਨਹੀਂ। ਸਾਧੂ ਗਿਆਨ ਸੰਪੰਨ ਗੁਰੂ ਮਿਲੇ ਸਾਧੂ ਸਾਧਕ ਨੂੰ, ਭਾਵ ਪਰਮਾਰਥ ਪ੍ਰਾਪਤੀ ਦੇ ਇੱਛਾਵਾਨ ਨੂੰ। ਇਸ ਦਾ ਅਰਥ ਭਾਵ ਪਹਿਲੇ ਮੂਲ ਵਾਲਾ ਹੀ ਹੈ। ਕੇਵਲ ਸਾਧ ਤੇ ਸਾਧੂ ਦੇ ਅਰਥ ਉਸ ਤੋਂ ਉਲਟਵੇਂ ਹਨ, ਭਾਵ ਦਾ ਫਰਕ ਕੋਈ ਨਹੀਂ। ਕਿੰਗੁਰੀ ਦਾ ਭਾਵ ਹੈ ਇੱਕ ਸਾਜ, ਜਿਸ ਪਰ ਇੱਕ ਤਾਰ ਤੇ ਹੇਠਾਂ ਦੋ ਤੂੰਬੇ ਹੁੰਦੇ ਹਨ। ਜੋਗੀ ਭਿੱਖ ਮੰਗਦੇ ਵਜਾਉਂਦੇ ਫਿਰਦੇ, ਇਸ ਨੂੰ ਕਿੰਗ ਵੀ ਕਹਿੰਦੇ ਹਨ। ਇੱਕ ਪ੍ਰਕਾਰ ਦੀ ਵੀਣਾ ਨੂੰ ਵੀ ਕਹਿ ਲੈਂਦੇ ਹਨ, ਪਰ ਇੱਥੇ ਜੋਗੀਆਂ ਵਾਲੀ ਕਿੰਗ ਮਤਲਬ ਹੈ ਉਹ ਕਦੇ ਕਿਸੇ ਵੇਲੇ ਵਜਾਉਣ ਵਾਲੇ ਦੀ ਇੱਛਾ ਨਾਲ ਵੱਜਦੀ ਹੈ। ਪਰ ਵਿਆਪਕ ਸ਼ਬਦ ਦੀ ਕਿੰਗਰੀ ਦਸਮ ਦੁਆਰ ਵਿੱਚ ਵੱਜ ਰਹੀ ਹੈ। ਮੁਰਾਦ ਅਨਾਹਦ ਸ਼ਬਦ ਤੋਂ ਲੈਂਦੇ ਹਨ ਜੋ ਦਸਮ ਦੁਆਰ ਵਿੱਚ ਹੁੰਦਾ ਹੈ। ਪਰ ਕਈ ਸੱਜਣ ਗੁਰਾਂ ਦਾ ਉਪਦੇਸ਼ ਕਿੰਗਰੀ ਦਾ ਭਾਵ ਲੈਂਦੇ ਹਨ, ਪਰ ਉਪਦੇਸ਼ ਘੱਟ ਘੱਟ ਵਿੱਚ ਸੁਭਾਵਕ ਨਹੀਂ ਹੋ ਰਿਹਾ। ਕਈ ਕਿੰਗਰੀ ਦਾ ਅਰਥ ਘੱਟ ਘੱਟ ਵਿੱਚ ਵਿਆਪਕ ਪ੍ਰਕਾਸ਼, ਕਈ ਵਿਆਪਕ ਚੇਤਨ ਸੱਤਾ ਕਰਦੇ ਹਨ, ਪਰ ਪ੍ਰਕਾਸ਼ ਤੇ ਚੇਤਨ ਸੱਤਾ ਵੱਜਿਆ ਨਹੀਂ ਕਰਦੇ।
ਪਰ ਕਈ ਸ਼ਬਦ ਬ੍ਰਹਮ ਭਾਵ ਲੈਂਦੇ ਹਨ। ਸ਼ਬਦ ਬ੍ਰਹਮ ਘੱਟ ਘੱਟ ਵਿੱਚ ਵਿਆਪਕ ਹੈ। ਇਹ ਅਰਥ ਮੂਲ ਅਰਥ ਨਾਲ ਢੁਕਵਾਂ ਹੈ। ਅਸਲ ਵਿੱਚ ਗੁਰੂ ਜੀ ਇਸ਼ਾਰਾ ਅਨਾਹਤ ਸ਼ਬਦ ਵੱਲ ਕਰ ਰਹੇ ਹਨ ਜੋ ਦਸਮ ਦੁਆਰ ਵਿੱਚ ਸੁੱਤੇ ਹੁੰਦਾ ਹੈ। ਪਰ ਕਈ ਆਧੁਨਿਕ ਸ਼ਬਦ ਉਪਾਸ਼ਕਾਂ ਤੋਂ ਡਰਦੇ ਜੋ ਕੰਨਾਂ ਵਿੱਚ ਸ਼ਬਦ ਦਾ ਥਾਂ ਮੰਨਦੇ ਹਨ, ਅਰਥ ਹੋਰਵੇਂ ਕਰਨ ਦਾ ਯਤਨ ਕਰਦੇ ਨੇ। ਪਰ ਗੁਰੂ ਦਾ ਅਨਾਹਤ ਸ਼ਬਦ ਦਸਮ ਦੁਆਰ ਦੀ ਖੇਲ ਹੈ। ਉਸ ਦਾ ਸਾਧਨ ਸਾਹਿਬ ਨਾਮ ਸਿਮਰਨ ਦੱਸਦੇ ਹਨ, ਕੰਨਾਂ ਵਿੱਚ ਬੁੱਝੇ ਦੇਣਾ ਨਹੀਂ ਦੱਸਦੇ। ਜਿਸ ਤਰ੍ਹਾਂ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖਮਨੀ ਸਾਹਿਬ। ਇਸ ਲਈ ਗੁਰੂ ਆਸ਼ੈ ਨੂੰ ਵਧੇਰੇ ਖੋਜ ਨਾਲ ਠੀਕ ਕਰਕੇ ਸਮਝਣਾ ਯੋਗ ਹੈ। ਅਸਲ ਕਿੰਗਰੀ ਦਾ ਵਰਣਨ ਤੀਸਰੇ ਗੁਰੂ ਜੀ ਰਾਮਕਲੀ ਮਹੱਲਾ ਤੀਜਾ ਅਸ਼ਟਪਦੀਆਂ ਦੇ ਪਹਿਲੇ ਸ਼ਬਦ ਵਿੱਚ ਕਰਦੇ ਹਨ, ਜਿਸ ਦੀ ਪਹਿਲੀ ਤੁਕ ਹੈ, ਸਰਮੈ ਦੀਆ ਮੁੰਦਰਾ ਕੰਨੀ ਪਾਏ ਜੋਗੀ। ਪ੍ਰਾ ਕਥਨ ਨਾਮ ਵਿਹੂਣੇ ਧਨ ਪ੍ਰੇਮੀ ਪ੍ਰਤੀ ਉਪਦੇਸ਼ ਹੈ। ਧੌਲਰ ਧਨ ਤਨ ਨਾਲ ਨਹੀਂ ਨਿਭਦੇ, ਇਹ ਸਭ ਸੁਪਨੇ ਦੀ ਮਾਇਆ ਹੈ। ਵਾਹਿਗੁਰੂ ਦਾ ਨਾਮ ਮਾਇਆ ਨੂੰ ਦੂਰ ਕਰਦਾ ਤੇ ਆਤਮਦਾਨ ਦਿੰਦਾ ਹੈ ਜੋ ਗੁਰੂ ਦੁਆਰਾ ਮਿਲਦਾ ਹੈ। ਸ੍ਰੀ ਰਾਗ ਮਹੱਲਾ ਪਹਿਲਾ, ਚਿੱਤੇ ਦਿਸ ਹੈ ਧੌਲ ਹਰ, ਬੱਗੇ ਬੰਕ ਦੁਆਰ। ਚਿੱਟੇ ਮਹਿਲ ਚਿੱਤਰਕਾਰੀਆਂ ਨਾਲ ਚਿੱਤਰੇ ਹੋਏ ਜੋ ਦਿਸ ਰਹੇ ਹਨ, ਜਿਨ੍ਹਾਂ ਦੇ ਦਰਵਾਜ਼ੇ ਵੀ ਚਿੱਟੇ ਤੇ ਬਾਂਕੇ ਭਾਵ ਸੋਹਣੇ ਬਣੇ ਹੋਏ ਹਨ। ਕਰ ਮਨ ਖੁਸ਼ੀ ਉਸਾਰਿਆ, ਦੂਜੈ ਹੇਤ ਪਿਆਰ। ਜਿਨ੍ਹਾਂ ਨੂੰ ਉਹਨਾਂ ਦੇ ਉਸਾਰਨ ਵਾਲਿਆਂ ਨੇ ਮਨ ਦੀ ਖੁਸ਼ੀ ਕਰਨ ਲਈ ਪਿਆਰ ਨਾਲ ਉਸਾਰਿਆ ਹੈ, ਜਿਨ੍ਹਾਂ ਦਾ ਮਨ ਕਿ ਈਸ਼ਵਰ ਤੋਂ ਛੁੱਟ ਦੂਜੇ ਨਾਲ ਹਿੱਤ ਵਿੱਚ ਹੈ। ਅੰਦਰ ਖਾਲੀ ਪ੍ਰੇਮ ਬਿਨ ਟਹਿ ਢੇਰੀ ਤਨ ਸ਼ਾਰ, ਤੇ ਉਹਨਾਂ ਦਾ ਅੰਦਰ ਵਾਹਿਗੁਰੂ ਦੇ ਪ੍ਰੇਮ ਤੋਂ ਖਾਲੀ ਹੈ। ਉਹ ਨਹੀਂ ਲੱਖ ਸਕੇ ਕਿ ਇਹ ਮੰਦਰ ਇੱਕ ਦਿਨ ਟਹਿ ਕੇ ਢੇਰੀ ਹੋ ਜਾਣਗੇ ਅਤੇ ਇਹਨਾਂ ਵਿੱਚ ਵਸਣ ਵਾਲਾ ਸਰੀਰ ਸਵਾਹ ਹੋ ਜਾਵੇਗਾ। ਭਾਈ ਰੇ ਤਨ ਧਨ ਸਾਥ ਨਾ ਹੋਏ, ਹੇ ਭਾਈ ਮੰਦਰ ਤਾਂ ਕਿਤੇ ਰਹੇ, ਮੰਦਰਾਂ ਵਿੱਚ ਵਸਣ ਵਾਲਾ ਸਰੀਰ ਤੇ ਭੋਗਾਂ ਦੇ ਸਾਮਾਨ ਪੈਦਾ ਕਰਨ ਵਾਲਾ ਧਨ ਜੀਵ ਦੇ ਨਾਲ ਕੁਛ ਵੀ ਨਹੀਂ ਜਾਂਦਾ ਹੈ। ਰਾਮ ਨਾਮ ਧਨ ਨਿਰਮਲੋ, ਗੁਰਦਾਤ ਕਰੇ ਪ੍ਰਭ ਸੋਏ ਰਹਾਉ। ਨਾਲ ਜਾਣ ਵਾਲਾ ਧਨ ਰਾਮ ਦਾ ਨਾਮ ਹੈ ਜੋ ਨਿਰਮਲ ਹੈ, ਭਾਵ ਜਿਸ ਨਾਲ ਪਾਪਾਂ ਦੀ ਮੈਲ ਕੋਈ ਨਹੀਂ ਲੱਗ ਸਕਦੀ ਤੇ ਜੋ ਪਾਪਾਂ ਦੀ ਮੈਲ ਧੋ ਦਿੰਦਾ ਹੈ। ਪ੍ਰਸ਼ਨ, ਇਹ ਕਿੱਥੋਂ ਤੇ ਕਿਵੇਂ ਮਿਲਦਾ ਹੈ? ਉੱਤਰ, ਇਹ ਧਨ ਗੁਰੂ ਪਾਸ ਹੁੰਦਾ ਹੈ ਜੋ ਉਹ ਪ੍ਰਭੂ ਤੇ ਗੁਰੂ ਦਾਤ ਕਰਕੇ ਦਿੰਦਾ ਹੈ, ਭਾਵ ਮੁੱਲ ਜਾਂ ਕਿਸੇ ਹੋਰ ਤਰ੍ਹਾਂ ਨਾਲ ਨਹੀਂ ਮਿਲਦਾ, ਉਹ ਦਾਤ ਵਿੱਚ ਮਿਲਦਾ ਹੈ। ਵਾਹਿਗੁਰੂ ਬਖਸ਼ਿਸ਼ ਕਰਕੇ ਗੁਰੂ ਮਿਲਦਾ ਹੈ ਤੇ ਗੁਰੂ ਨਾਮ ਧਨ ਬਖਸ਼ਿਸ਼ ਕਰਕੇ ਵਾਹਿਗੁਰੂ ਨਾਲ ਮਿਲਦਾ ਹੈ। ਰਹਾਉ, ਰਾਮ ਨਾਮ ਧਨ ਨਿਰਮਲੋ, ਜੇ ਦੇਵੈ ਦੇਵਨ ਹਾਰ। ਹਾਂ, ਰਾਮ ਨਾਮ ਰੂਪੀ ਧਨ ਨਿਰਮਲ ਹੈ, ਭਾਵ ਆਪ ਨਿਰਮਲ ਹੈ ਤੇ ਤਨ ਮਨ ਬੁੱਧੀ ਨੂੰ ਨਿਰਮਲ ਕਰਦਾ ਹੈ। ਜੇਕਰ ਇਹ ਨਿਰਮਲ ਧਨ ਦੇਣਹਾਰਾ ਦਾਤਾ ਦੇ ਦੇਵੇ ਤਾਂ ਜਾਣੋ, ਆਗੈ ਭੂਸ਼ਣਾ ਹੋਵਈ ਜਿਸ ਬੇਲੀ ਗੁਰ ਕਰਤਾਰ, ਤਾਂ ਜਾਣੋ ਉਹ ਜੀਵ ਦਾ ਬੇਲੀ ਬਣ ਗਿਆ। ਤੇ ਇਹ ਨਿਯਮ ਹੈ ਕਿ ਜਿਸ ਦਾ ਬੇਲੀ ਗੁਰੂ ਕਰਤਾਰ ਹੋਵੇਗਾ ਉਸ ਨੂੰ ਅੱਗੇ ਗਿਆ ਕੋਈ ਪੁੱਛ ਗਿੱਛ ਨਹੀਂ ਹੋਵੇਗੀ। ਆਪ ਛਡਾਏ ਛੁੱਟੀ ਐ ਆਪੇ ਬਖਸਨ ਹਾਰ। ਗੱਲ ਕੀ
ਉਹ ਆਪ ਹੀ ਕੀਤੇ ਮਾੜੇ ਕਰਮ ਬਖਸ਼ਣੇ ਵਾਲਾ ਹੈ ਤੇ ਉਹਨਾਂ ਦੇ ਫਲ ਭੋਗਣ ਤੋਂ ਆਪ ਹੀ ਛੁਡਾਏ ਤਾਂ ਛੁੱਟ ਸਕੀਦਾ ਹੈ। ਮਨਮੁਖ ਜਾਣੈ ਆਪਣੇ ਧੀਆ ਪੂਤ ਸੰਜੋਗ। ਮਨਮੁਖ ਤੇ ਗੁਰਮੁਖ ਦਾ ਫਰਕ। ਮਨਮੁਖ ਧੀਆਂ ਪੁੱਤਾਂ ਨੂੰ ਆਪਣੇ ਸਮਝ ਲੈਂਦਾ ਹੈ, ਪਰ ਉਹ ਤਾਂ ਸੰਜੋਗ ਕਰਕੇ ਆ ਮਿਲੇ ਹਨ। ਨਾਰੀ ਦੇਖ ਵਿਗਾਸੀ ਹੈ ਨਾਲੇ ਹਰਖ ਸੋ ਸੋਗ। ਉਹ ਇਸਤਰੀ ਨੂੰ ਵੇਖ ਕੇ ਖੁਸ਼ ਹੁੰਦਾ ਹੈ, ਪਰ ਉਸ ਹਰਖ ਭਾਵ ਖੁਸ਼ੀ ਦੇ ਨਾਲ ਸੋਗ ਲੱਗਾ ਰਹਿੰਦਾ ਹੈ। ਗੁਰਮੁਖ ਸ਼ਬਦ ਰੰਗਾਵਲੇ ਇਹਨਿਸ ਹਰ ਰਸ ਭੋਗ। ਪਰ ਗੁਰਮੁਖ ਲੋਕ ਸ਼ਬਦ ਦੁਆਰਾ ਆਨੰਦਮਈ ਰਹਿੰਦੇ ਹਨ, ਕਿਉਂਕਿ ਉਹ ਵਿਸ਼ੇ ਰਸ ਨਹੀਂ ਪਰ ਹਰੀ ਰਸ ਨੂੰ ਦਿਨੇ ਰਾਤ ਭੋਗਦੇ ਹਨ। ਮਾਇਆ ਪਰਾਇਣ ਹੋਣ ਕਰਕੇ ਮਨਮੁਖ ਨੂੰ ਹੁਣ ਸਾਕਤ ਆਖਦੇ ਹਨ। ਚਿੱਤ ਚੱਲੈ ਵਿਤ ਜਾਵਣੋ ਸਾਕਤ ਡੋਲ ਡੋਲਾਏ। ਸਾਕਤ ਪਹਿਲੋਂ ਤਾਂ ਮਾਇਆ ਇਕੱਠੀ ਕਰਨ ਦੇ ਫਿਕਰਾਂ ਵਿੱਚ ਡੋਲਦਾ ਰਹਿੰਦਾ ਹੈ ਤੇ ਇਕੱਠੀ ਕਰਕੇ ਵੀ ਟਿਕਦਾ ਨਹੀਂ, ਕਿਉਂਕਿ ਇਹ ਮਾਇਆ ਨਾਸ਼ਮਾਨ ਹੈ। ਇਸ ਦੇ ਗਿਆਨ ਤੇ ਫੇਰ ਡੋਲਣਾ ਪੈਂਦਾ ਹੈ, ਇਉਂ ਚਿੱਤ ਚੱਲਦਾ ਹੀ ਰਹਿੰਦਾ ਹੈ। ਬਾਹਰ ਢੂੰਡ ਵੇ ਗੁੱਚੀਐ ਘਰ ਮਹਿ ਵਸਤ ਸੁਥਾਏ। ਉਸ ਨੂੰ ਇਹ ਸਮਝ ਨਹੀਂ ਪੈਂਦੀ ਕਿ ਹਰ ਧਨ ਰੂਪੀ ਵਸਤੂ ਹਿਰਦੇ ਰੂਪੀ ਸੋਹਣੇ ਥਾਂ ਵਿੱਚ ਘਰ ਵਿੱਚ ਹੀ ਹੈ। ਇਸ ਨੂੰ ਜੇ ਬਾਹਰ ਢੂੰਡੀਏ ਤਾਂ ਖਰਾਬ ਹੋਈਦਾ ਹੈ। ਮਨਮੁਖ ਹਉ ਮੈਂ ਕਰ ਮੁਸੀ ਗੁਰਮੁਖ ਪੱਲੈ ਪਾਏ। ਇਸ ਪ੍ਰਕਾਰ ਮਨਮੁਖੀ ਸ੍ਰਿਸ਼ਟੀ ਹਉਮੈ ਕਰਕੇ ਹਰ ਧਨ ਤੋਂ ਲੁੱਟੀ ਗਈ ਹੈ, ਪਰ ਗੁਰਮੁਖ ਦੁਨੀਆਂ ਨੇ ਹਰ ਧਨ ਆਪਣੇ ਪੱਲੇ ਪਾ ਲਿਆ ਹੈ। ਹੁਣ ਸਾਕਤ ਨੂੰ ਸਨਮੁਖ ਕਰਕੇ ਉਪਦੇਸ਼ ਦਿੰਦੇ ਹਨ। ਸਾਕਤ ਨਿਰਗੁਣਿਆਰਿਆ ਆਪਣਾ ਮੂਲ ਪਛਾਣ। ਹੇ ਗੁਣਾਂ ਤੋਂ ਸਖਣੇ ਸਾਕਤ, ਆਪਣਾ ਮੂਲ ਤਾਂ ਪਛਾਣ। ਇਹ ਤੇਰਾ ਤਨ ਜਿਸ ਲਈ ਮਹਿਲ ਉਸਾਰਦਾ ਤੇ ਜਿਸ ਦਾ ਮਾਣ ਕਰਦਾ ਹੈ। ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪਿਰਾਨ। ਮਾਤਾ ਦੀ ਰਤ ਤੇ ਪਿਤਾ ਦੇ ਬੀਰਜ ਤੋਂ ਬਣਿਆ ਹੈ। ਇਸ ਨੂੰ ਅਗਨੀ ਦੇ ਪਾਸ ਬੀ ਪਿਆ ਪਛਾਣ ਲੈ, ਭਾਵ ਇਹ ਕਿ ਅਗਨੀ ਦੀ ਸਮੀਪਤਾ ਨੇ ਰਕਤ ਬਿੰਦ ਨੂੰ ਪਕਾ ਕੇ ਤੈਨੂੰ ਬਣਾਇਆ ਹੈ। ਪਵਣੈ ਕੈ ਵਸ ਦੇ ਹੋਰੀ ਮਸਤਕ ਸੱਚ ਨਿਸ਼ਾਨ। ਹਾਂ, ਫੇਰ ਇਹ ਤੇਰੀ ਦੇਹ ਸਵਾਸਾਂ ਰੂਪੀ ਫੂਕ ਦੇ ਅਧੀਨ ਹੈ। ਫੇਰ ਇਹਨਾਂ ਸਵਾਸਾਂ ਨੇ ਇੱਕ ਦਿਨ ਮੁੱਕ ਜਾਣਾ ਹੈ, ਸਦਾ ਨਹੀਂ ਰਹਿਣਾ। ਇਸ ਗੱਲ ਦਾ ਸੱਚਾ ਭਾਵ ਅਟਲ ਨਿਸ਼ਾਨ ਤੇਰੇ ਮੱਥੇ ਉੱਤੇ ਪਿਆ ਹੋਇਆ ਹੈ ਕਿ ਇਤਨਾ ਚਿਰ ਪ੍ਰਾਣਾ ਨੇ ਰਹਿਣਾ ਹੈ। ਬਹੁਤਾ ਜੀਵਨ ਮੰਗੀ ਐ ਮੋਆ ਨਾ ਲੋੜੈ ਕੋਈ। ਅਸਚਰਜ ਹੈ ਕਿ ਇਹ ਜਾਣ ਕੇ ਵੀ ਮਰਨਾ ਕੋਈ ਨਹੀਂ ਚਾਹੁੰਦਾ, ਸਗੋਂ ਬਹੁਤਾ ਹੀ ਬਹੁਤਾ ਜੀਵਨ ਮੰਗੀਦਾ ਹੈ। ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ। ਸਗੋਂ ਬਹੁਤਾ ਹੀ ਬਹੁਤਾ ਜੀਵਨ ਮੰਗਦਾ, ਫਿਰ ਦੇਖੋ ਕਿ ਇਹ ਜੀਵਨ ਦੁੱਖਾਂ ਨਾਲ ਵੇੜਿਆ ਪਿਆ ਹੈ। ਇਸ ਨੂੰ ਸੁਖ ਜੀਵਨ ਨਹੀਂ ਕਹਿ ਸਕੀਦਾ। ਹਾਂ, ਸੁਖ ਜੀਵਨ ਉਸ ਜੀਵਨ ਨੂੰ ਕਹਿ ਸਕੀਦਾ ਹੈ ਕਿ ਗੁਰੂ ਦੁਆਰਾ ਜਿਸ ਜੀਵਨ ਵਿੱਚ ਉਹ ਪ੍ਰਭੂ ਮਨ ਵਿੱਚ ਵਸ ਗਿਆ ਹੋਵੇ। ਨਾਮ ਵਿਹੂਣੇ ਕਿਆ ਗਣੀ ਜਿਸ ਹਰ ਗੁਰ ਦਰਸ ਨਾ ਹੋਏ। ਨਾਮ ਤੋਂ ਸੱਖਣੇ ਦੇ ਜੀਵਨ ਨੂੰ ਜੀਵਨ ਹੀ ਕੀ ਗਿਣੀਏ, ਜਿਸ ਨੂੰ ਕਿ ਹਰੀ ਤੇ ਗੁਰੂ ਦਾ ਦਰਸ਼ਨ ਹੀ ਨਹੀਂ ਹੁੰਦਾ। ਹੁਣ ਜੀਵ ਦੀ ਇਸ ਭੁੱਲ ਦਾ ਕਾਰਨ ਤੇ ਦਾਰੂ ਦੱਸਦੇ ਹਨ।
ज्यों सुपनै निस भुली है जब लग निद्रा होए। जिमें रात नूं सुपने विच भुल जाईदा है ते भुले रहीदा है जद तक के नींद विच होईदा है। इओ सरपण कै वस जीअड़ा अंतर होमै दोय। इसी तरह जीव माया रूपी सरपणी दे वस विच पिया होया मानो सुता पिया है। उस मायक नींद विच इस दे अंदर होमै उपजी है। इस होमे तो दोए भाव द्वैत भावनी पैदा हुई है। प्रश्न, मायक निंद्रा किवें दूर होवे? उत्तर, गुरमत होए विचारी सुपना एहो जग लोए। जे गुरु दी मत प्राप्त हो जावे ते उस नाल विचार करिए तद एह जग सुपना प्रतीत हो आवेगा। जद सुपना सुपना हो दिसदा है तां जागृत हुंदी है, नींद बिला गई हुंदी है। अगन मरै जल पाई है जो बारिक दूदै माय। बिन जल कमल सोना थी है बिन जल मीन मराय। नानक गुरमुख हर रस मिलै जीवा हर गुण गाय। हे नानक, जे गुरु द्वारा मैनू हरी रस मिल पवे ते हरी रस द्वारा प्रभु मिल पवे तद मैं हरी दे गुण गा गा के ही जीवांगा। हां, तद मैं हरी रस बिना इउं नहीं जी सकांगा कि जिवें बलदी अग नहीं बुझी रह सकदी जल बिना, जिवें बालक प्रसन्न नहीं रह सकदा मां दे दुध बिना, जिवें कमल नहीं हो सकदा जल बिना, ते जिवें मच्छी नहीं जिउंदी रह सकदी जल बिना। व्याख्या, इस शब्द विच माया रस ते हरी रस नूं लिया है, नाल मनमुख ते गुरमुख नूं इन्हां दा धारणी दस के उपदेश दिता है। मनमुख नूं साकत भी कहा है। गुरमत तों विहूणा मन दे आखे तुरन वाला मनमुख है। ओह मनमतिया परमार्थी भी हो सकदा है, निरा दुनियादार भी हो सकदा है। इथे उस नूं इसे करके नाल साकत भी कहा है। साकत ओह है जो शक्ति दा उपासक है, परमेश्वर ते गुरु तो मुनकर है। पर गुरबाणी विच इस दा अक्सर भाव माया प्रेमी दा लिया है, जो साई नालों टुटा है ते माया विच खचत है। जिवें कि आम दुनियादार हुंदे हन, उहनां दा लक्षण करदे हन कि धीआं पुत्तां नूं प्यार करदे ने, सोहणे महल उसारदे ने, धन इकट्ठा करदे हन, पर प्रभु प्रेम तों अंदर खाली हुंदा है। हरेक शै जिस नूं इक प्रभु तों जुदा दूजी कह सकीदा है, उस दे हित विच ओह सुते ही गुलतान रहिंदे ने। इहनां नूं साकत मनमुख कहा है। इह गल्लां अंक 1, अंक 3, अंक 6 विच दिखलाईयां हन। इहनां दी असारता रहाओ विच दसी है ते इस दे टाकरे ते राम नाम रूपी धन दे संचय करन दी सिख्या दित्ती है। उस मायक धन दे टाकरे ते इस नूं निर्मल धन कहा है, क्योंकि प्रभु निर्मल है, उस दा नाम भी निर्मल है। इस दी प्राप्ति लई सारे दैवी गुण धारी दे हन। गुरु सेवा ते नम्रता सच ते काल धारण करी दी है। इस करके एह धन बिना किसे मैल धारे दे मिलदा है, इस करके भी निर्मल है। फिर एह निरा निर्मल नहीं, जिवें गगन है पर जलवत निर्मल है, जो दूजियां दी मैल धोने नूं समर्थ है। भरीऐ मत पापा कै संग ओह धोपै नावै कै रंग। सो राम नाम सारे पापां दी मैल धो देंदा है। शरीर मन बुद्धि त्रैहां नूं मैल रहत कर देंदा है। शरीर नूं पापां तों, मन नूं मंद वाशना तों, बुद्धि नूं अनिश्चय ते विपरै आदि तों,
इस धन की प्राप्ति गुरु तो दसी है ते मुल मिलदी दसी है। गुरु इस नूं वेचदा नहीं दात करदा है। जप जी विच अमुल दी पौड़ी अमुल दा वेरवा आ चुका है। जिस पर तुठदा है उस नूं मिलदा है। इस दा भाव होया कि गुरु दी शरण लो ते उस नूं अपने उत्ते कृपाल होण दा अवसर दिओ। ओह नाम दान दिओ फिर दसिया कि इस दा फेल यह हो कि गुरु करतार दी तुसां नूं मित्रता प्राप्त हो। यह मित्रता अगे जाके सब पुछां तों छुड़ा के सीधा हरि चरणा विच लै जांदी है। यह विषय अंक दो विच मुक्का। अंक तीन विच गुरमुख दा विषय थोड़ा जिहा शुरू हो जांदा है। इसी तरह अंक चार विच साकत मनमुख दी चित दी खंडाओ दशा दसदे होए अखीरली सत्र विच फिर गुरमुख दा जिक्र कर जांदे हन कि हर धन तो मनमुखी साकत दुनिया खाली जांदी है पर गुरमुख इस धन दे पल्ले भर के लै जांदा है। अंक पांच ते छे विच फिर साकत प्रति उपदेश है कि तान धन दा वृथा अहंकार ना कर अपना नीवा असला देख ते जीवन दा लमेरापन ते भोगां दे स्वादां वल तक के गाफल ना हो। यह तान धन सब कुछ नाशमान है ते ज्योंदे जी भी इस अपने जीवन नूं सुख जीवन ना समझ क्योंकि चिंता नाल वेड़िया है पर गुरमुख दा जीवन सुख जीवन है क्योंकि उस दे अंदर नाम वस गया है ते नाम विहूणे दा जीवन सुख जीवन ही नहीं उस दा जीवन ही कुछ नहीं। जैसा कि फुरमाया है सो जीवया जिस मन वसया सोय नानक अवर ना जीवै कोय। वार माज महला पहला। अंक सत विच हुण साकत मनमुख दे भुल दा कारण ते दारू दसदे हन। दृष्टांत नींदर दा लैंदे ने कि जीव निंदरा विच सुपने वेखदा है। ਉਹ ਜੋ ਕੁਛ ਦੇਖਦਾ ਹੈ ਉਹ ਸੱਚਮੁੱਚ ਨਹੀਂ ਹੁੰਦਾ। ਨੀਂਦ ਖੁੱਲਦੇ ਹੀ ਉਹ ਝੂਠਾ ਪ੍ਰਤੀਤ ਹੋ ਜਾਂਦਾ ਹੈ ਪਰ ਸੁਪਨੇ ਵਿੱਚ ਉਹ ਸਭ ਕੁਝ ਸੱਚ ਭਾਸ਼ਦਾ ਹੈ। ਇਸੇ ਤਰ੍ਹਾਂ ਸਾਕਤ ਮਨਮੁੱਖ ਮਾਇਆ ਦੇ ਅਸਰ ਹੇਠ ਹੈ। ਮਾਇਆ ਨੂੰ ਇੱਕ ਸਰਪਣੀ ਕਿਹਾ ਹੈ ਕਿ ਇਸ ਦੇ ਵਿੱਚ ਕੋਈ ਜ਼ਹਿਰ ਹੁੰਦਾ ਹੈ ਜਿਸ ਕਰਕੇ ਡੰਗਿਆ ਮਨੁੱਖ ਨੀਂਦ ਵਾਂਗੂ ਬੇਹੋਸ਼ ਹੋ ਜਾਂਦਾ ਹੈ। ਤਿਵੇਂ ਮਾਇਆ ਦੀ ਦਿੱਤੀ ਨੀਂਦ ਵਿੱਚ ਜੀਵ ਸਵਪਨ ਅਵਸਥਾ ਵਿੱਚ ਹੈ ਉਹ ਨਾਸ਼ਮੰਤ ਨੂੰ ਸਦਾ ਥਿਰ ਤੇ ਝੂਠੀ ਨੂੰ ਸੱਚੀ ਵੇਖਦਾ ਤੇ ਉਸ ਅਨੁਸਾਰ ਕਾਰਜ ਕਰਦਾ ਹੈ। ਇਸ ਸੁਪਨੇ ਵਿੱਚ ਹਉਮੈ ਪ੍ਰਧਾਨ ਹੁੰਦੀ ਹੈ। ਉਹ ਉਸ ਨੂੰ ਦੂਈ ਵਿੱਚ ਲੈ ਜਾਂਦੀ ਹੈ। ਦੂਈ ਵਿੱਚ ਲਪਟਿਆ ਉਹ ਸੱਚ ਵੱਲੋਂ ਤੇ ਸੱਚੇ ਵੱਲੋਂ ਜੋ ਇੱਕ ਹੈ ਗਾਫਲ ਰਹਿੰਦਾ ਹੈ ਤੇ ਦੋਈ ਦੇ ਪ੍ਰੇਮ ਵਿੱਚ ਭੁੱਲਾ ਹੋਇਆ ਬੰਧਨਾਂ ਵਾਲੇ ਕਰਮ ਕਰਦਾ ਹੈ। ਹੁਣ ਦਾਰੂ ਦੱਸਦੇ ਹਨ ਗੁਰਮਤ ਜਿਸ ਨੂੰ ਇਹ ਪ੍ਰਾਪਤ ਹੋ ਜਾਵੇ ਉਸ ਨੂੰ ਜਗਤ ਨਾਸ਼ਮਾਨ ਘਰ ਬਾਰ ਇਸਤਰੀ ਪੁੱਤਰ ਪਦਾਰਥ ਸੰਜੋਗੀ ਮੇਲੇ ਦਿਸ ਪੈਂਦੇ ਹਨ। ਸੱਚਾ ਧਨ ਹਰੀ ਦਾ ਨਾਮ ਸਦਾ ਰਹਿਣੇ ਦਾ ਥਾਂ ਹਰੀ ਦੀ ਸ਼ਰਨ ਦਿਸ ਪੈਂਦੀ ਹੈ ਤੇ ਗੁਰੂ ਦੇ ਦਿੱਤੇ ਨਾਮ ਨਾਲ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਅੰਕ 8 ਵਿੱਚ ਆਪਣੇ ਦੁਆਰਾ ਗੁਰਮਤ ਨੂੰ ਪ੍ਰਾਪਤ ਗੁਰਮੁਖ ਦੀ ਉੱਚੀ ਅਵਸਥਾ ਦ੍ਰਿੜਾਉਂਦੇ ਹਨ। ਚਾਰ ਦ੍ਰਿਸ਼ਟਾਂਤ ਦਿੰਦੇ ਨੇ। ਚੌਹਾਂ ਵਿੱਚ ਜਲ ਨੂੰ ਲੈਂਦੇ ਹਨ। ਉਸ ਦਾ ਦਾਹ ਦ੍ਰਿਸ਼ਟਾਂਤ ਹਰੀ ਰਸ ਨੂੰ ਲੈਂਦੇ ਹਨ। ਆਪ ਦਾ ਅਰਸ਼ੀ ਕਵੀ ਮਨ ਇੱਥੇ ਕਾਵ ਦਾ ਕਟਾਖ ਬਣਦਾ ਹੈ। ਰਸ ਨਾਮ ਵੀ ਜਲਦਾ ਹੈ ਸੋ ਜਲ ਤੇ ਰਸ ਪਦਾਂ ਨੂੰ ਵਰਤ ਕੇ ਦੋਹੀ ਪਾਸੀ ਵਰਤਦੇ ਨੇ ਦ੍ਰਿਸ਼ਟਾਂਤ ਵਿੱਚ ਵੀ ਤੇ ਦਾ ਦ੍ਰਿਸ਼ਟਾਂਤ ਵਿੱਚ ਵੀ। ਜਲ ਬਿਨਾਂ ਅੱਗ ਨਹੀਂ ਬੁੱਝਦੀ। ਦੁੱਧ ਰੂਪੀ ਜਲ ਬਿਨਾਂ ਬਾਲ ਨਹੀਂ ਪਲਦਾ। ਸਰ ਦੇ ਜਲ ਬਿਨਾਂ ਕਵਲ ਨਹੀਂ ਹੁੰਦਾ। ਸ਼ੰਭ ਨਦੀ ਸਾਗਰ ਦੇ ਜਲ ਬਿਨਾਂ ਮੱਛੀ ਨਹੀਂ ਜਿਉਂਦੀ। ਤਿਵੇਂ ਹਰੀ ਨਾਮ ਤੋਂ ਉਪਜੇ ਹਰੀ ਰਸ ਬਿਨਾਂ ਗੁਰਮੁਖ ਨਹੀਂ ਜਿਉਂਦਾ।
ਚਾਰੇ ਦ੍ਰਿਸ਼ਟਾਂਤ ਫਿਰ ਇੱਕ ਹੋਰ ਖੂਬੀ ਰੱਖਦੇ ਹਨ। ਨੰਬਰ 1, ਅੱਗ ਜਲ ਨਾਲ ਬੁਝਦੀ ਹੈ। ਸਰਬ ਪ੍ਰਕਾਰ ਦੀ ਤ੍ਰਿਸ਼ਨਾ ਜੋ ਅਗਨੀਵਤ ਅੰਦਰ ਬਲਦੀ ਹੈ ਹਰੀ ਰਸ ਨਾਲ ਮਿਟਦੀ ਹੈ। ਇਉਂ ਹਰੀ ਰਸ ਮਨਫੀ ਹਾਲਤ ਨੂੰ ਕੱਟ ਕੇ ਠੰਡ ਦੀ ਮੁਸਬਤ ਹਾਲਤ ਅੰਦਰ ਪੈਦਾ ਕਰਦਾ ਹੈ। ਨੰਬਰ 2, ਹੁਣ ਦੱਸਦੇ ਹਨ ਕਿ ਨਾਮ ਪ੍ਰੇਮੀ ਦੇ ਅੰਦਰ ਹਰੀ ਦਾ ਨਾਮ ਆਧਾਰ ਹੋ ਜਾਂਦਾ ਹੈ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਸੁਖਮਨੀ ਸਾਹਿਬ, ਜਿਸ ਤਰ੍ਹਾਂ ਬੱਚੇ ਦਾ ਆਧਾਰ ਦੁੱਧ ਹੁੰਦਾ ਹੈ, ਖੀਰ ਆਧਾਰ ਬਾਰਿਕ ਜਬ ਹੋਤਾ, ਬਿਨ ਖੀਰੇ ਰਹਿਣ ਨਾ ਜਾਈ। ਮਲਾਰ ਮਹੱਲਾ 5। ਇਹ ਮੁਸਬਤ ਦੀ ਹਾਲਤ ਹੋਰ ਤਰੱਕੀ ਹੋ ਗਈ। ਨੰਬਰ 3, ਫਿਰ ਗੁਰਮੁਖ ਸਦਾ ਆਤਮ ਖੇੜੇ ਵਿੱਚ ਰਹਿੰਦਾ ਹੈ। ਉਸ ਖੇੜੇ ਲਈ ਕਮਲ ਨੂੰ ਲਿਆ ਹੈ। ਜੋ ਜਲ ਆਸਰੇ ਖਿੜਿਆ ਕਮਲ ਹੁੰਦਾ ਹੈ, ਤਿਵੇਂ ਹਰੀ ਰਸ ਦੇ ਆਧਾਰ ਨਾਲ ਗੁਰਮੁਖ ਨਾ ਕੇਵਲ ਜਿਉਂਦਾ ਹੈ ਪਰ ਕਮਲ ਵਾਂਗੂ ਖਿੜਿਆ ਰਹਿੰਦਾ ਹੈ। ਨੰਬਰ 4, ਅੰਤਮ ਦ੍ਰਿਸ਼ਟਾਂਤ ਮੱਛੀ ਪਾਣੀ ਦਾ ਲਿਆ ਹੈ ਕਿ ਜਿਵੇਂ ਮੱਛੀ ਦਾ ਜੀਵਨ ਹੀ ਜਲ ਹੋ ਜਾਂਦਾ ਹੈ, ਜਲ ਬਿਨਾਂ ਉਸ ਦੀ ਮੌਤ ਖਿਣ ਪਲ ਵਿੱਚ ਹੋ ਜਾਂਦੀ ਹੈ, ਤਿਵੇਂ ਗੁਰਮੁਖ ਦਾ ਜੀਵਨ ਹੀ ਹਰੀ ਰਸ ਹੁੰਦਾ ਹੈ, ਹਰੀ ਰਸ ਬਿਨਾਂ ਉਸਦਾ ਜੀਵਨ ਮੌਤ ਤੁਲ ਹੋ ਜਾਂਦਾ ਹੈ। ਤਿਉ ਹਰ ਬਿਨ ਮਰੀਐ ਰੇ ਮਨਾ, ਜੋ ਬਿਰਥਾ ਜਾਵੈ ਸਾਸ। ਸੋਰਠ ਮਹੱਲਾ 1। ਜਦ ਗੁਰਮੁਖ ਇਉ ਨਾਮ ਰਸ ਵਿੱਚ ਉਸਦਾ ਰੂਪ ਹੀ ਹੋ ਜਾਂਦਾ ਹੈ, ਤਦ ਕੀ ਉਹ ਕਿਰਿਆਹੀਨ ਹੋ ਜਾਂਦਾ ਹੈ? ਨਹੀਂ, ਉਸਦੀ ਕਿਰਿਆ ਇੱਕ ਖੇਲ ਵਾਂਗੂ ਰਹਿ ਜਾਂਦੀ ਹੈ, ਉਹ ਕ੍ਰੀੜਾ ਮਾਤਰ ਹੁੰਦੀ ਹੈ। ਜਿਵੇਂ ਬਾਲਕ ਦੁੱਧ ਪੀ ਕੇ ਕ੍ਰੀੜਾ ਵਿੱਚ ਹੁੰਦਾ ਹੈ, ਕਮਲ ਜਲ ਪੀ ਕੇ ਝੂਮਦਾ ਮਾਨੋ ਕ੍ਰੀੜਾ ਵਿੱਚ ਹੈ, ਜਿਵੇਂ ਮੱਛੀ ਜਲ ਆਸਰੇ ਕੀੜਾ ਕਰਦੀ ਹੈ, ਤਿਵੇਂ ਹਰੀ ਰਸ ਵਿੱਚ ਰੱਜੇ ਅਗਾਏ ਗੁਰਮੁਖ ਦੀ ਕ੍ਰੀੜਾ ਹਰੀ ਦੇ ਗੁਣਾਂ ਦਾ ਗਿਆਨ ਹੁੰਦਾ ਹੈ। ਉਹ ਉਸ ਰੰਗ ਰੰਗਿਆ, ਉਸ ਰਸ ਰਸਿਆ ਹੋਇਆ ਹਰੀ ਦੇ ਗੁਣ ਗਾਇਨ ਸੰਗੀਤਕ ਲਹਿਰੇ ਵਿੱਚ ਹੁੰਦਾ ਹੈ। ਇਹ ਗੱਲ ਇਸ ਕਰਕੇ ਦੱਸੀ ਕਿ ਉਸਦਾ ਆਤਮਾ ਤਾਂ ਹਰੀ ਨਾਲ ਭੇਦ ਹੋ ਚੁੱਕਾ ਹੈ, ਪਰ ਜੀਵਨ ਪ੍ਰਯੰਤ ਉਸ ਦੀਆਂ ਬ੍ਰਿਤੀਆਂ, ਉਸਦਾ ਮਨ, ਉਸਦਾ ਸਰੀਰ ਤੇ ਇੰਦਰੇ ਹਰੀ ਰੰਗ ਵਿੱਚ ਰਹਿੰਦੇ ਹਨ। ਜਦ ਤੱਕ ਸਰੀਰਕ ਕਿਰਿਆ ਚੱਲਦੀ ਹੈ ਤੇ ਮਨ ਤੇ ਬ੍ਰਿਤੀਆਂ ਹਰੀ ਦੇ ਗੁਣ ਗਾਇਨ ਵਿੱਚ ਸੰਗੀਤਕ ਲਹਿਰੇ ਵਿੱਚ ਰਹਿੰਦੀਆਂ ਹਨ, ਉਹ ਸੁੱਕੇ ਰੁੱਖ ਵਾਂਗੂ, ਖੁਸ਼ਕ ਜਾਂ ਪੱਥਰ ਵਾਂਗੂ ਅਚਲ ਤੇ ਅਕਰਹਿ ਨਹੀਂ ਹੋ ਜਾਂਦਾ। ਉਹ ਰਸ ਸਵਾਦ ਗੁਣ ਗਾਇਨ ਦੀ ਝੂਮ ਵਿੱਚ ਸਫਲਿਓ ਬਿਰਖ ਹਰਿਆਵਲਾ ਹੁੰਦਾ ਹੈ। ਇਸ ਸਹਿਜ ਰੰਗ ਰਤੇ ਸੰਸਾਰਕ ਕ੍ਰੀੜਾ ਵੀ ਉਸ ਦੀ ਸੋਹਣੀ ਤੇ ਸਫਲ ਹੁੰਦੀ ਰਹਿੰਦੀ ਹੈ। ਨਿਰੁਕਤ, ਚਿੱਤੇ ਦਾ ਭਾਵ ਹੈ ਚਿੱਤਰੇ ਹੋਏ, ਜਿਨ੍ਹਾਂ ਤੇ ਚਿੱਤਰਕਾਰੀਆਂ, ਮੂਰਤਾਂ, ਫੁੱਲ, ਵੇਲਾਂ, ਬੂਟੇ ਪਾਏ ਹੋਏ ਹੋਣ। ਧੌਲ ਹਰ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਧਵਲ ਗ੍ਰਹਿੰ, ਚਿੱਟਾ ਮਹਿਲ, ਮੁਰਾਦ ਰਾਜ ਮਹਿਲ ਤੋਂ ਵੀ ਹੋਇਆ ਕਰਦੀ ਹੈ। ਬੱਗੇ ਭਾਵ ਚਿੱਟੇ, ਬੰਕ ਬਾਂਕੇ ਭਾਵ ਸੁੰਦਰ। ਨਿਰਮਲੋ ਦਾ ਭਾਵ ਹੈ ਨਿਰਮਲ ਹੈ, ਜੋ ਮੈਲ ਰਹਿਤ ਹੈ ਤੇ ਮੈਲ ਰਹਿਤ ਕਰਦਾ ਹੈ। ਜਿਸ ਤਰ੍ਹਾਂ ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਪ ਜੀ ਸਾਹਿਬ। ਸੰਯੋਗ ਦਾ ਭਾਵ ਹੈ ਜੋ ਸੰਯੋਗ ਕਰਕੇ ਮਿਲੇ ਹਨ, ਭਾਵ ਜੋ ਕਰਮਾਂ ਅਨੁਸਾਰ ਮਿਲਦੇ ਤੇ ਵਿਛੜਦੇ ਹਨ, ਸਦਾ ਨਾਲ ਨਹੀਂ ਰਹਿੰਦੇ। ਰੰਗਾਵਲੇ ਦਾ ਭਾਵ ਹੈ ਪ੍ਰੇਮ ਵਾਲੇ, ਆਨੰਦਮਈ, ਸਵਾਦ ਵਿੱਚ। ਇਹ ਪਦ ਬਹੁ ਵਚਨ ਹੋਣ ਕਰਕੇ ਇਸ ਅੰਕ ਵਿੱਚ ਆਏ ਪਦ ਮਨਮੁਖ ਤੇ ਗੁਰਮੁਖ ਵੀ ਬਹੁ ਵਚਨ ਵਿੱਚ ਲੈਣੇ ਹਨ। ਵਿੱਤ ਦਾ ਭਾਵ ਹੈ ਦੌਲਤ ਪਦਾਰਥ। ਮੁਸੀ ਦਾ ਭਾਵ ਹੈ ਲੁੱਟੀ ਗਈ। ਮੁਸੀ ਇਸਤਰੀ ਲਿੰਗ ਹੋਣ ਕਰਕੇ ਭਾਵ ਹੈ ਮਨਮੁਖੀ ਸ੍ਰਿਸ਼ਟੀ। ਰਕਤ ਬਿੰਦ ਦਾ ਭਾਵ ਹੈ, ਰਕਤ ਤੋਂ ਮੁਰਾਦ ਉਸ ਸ਼ੈ ਦੀ ਹੈ ਜੋ ਬੀਰੇ ਨੂੰ ਧਾਰਨ ਕਰਦੀ ਹੈ।
ਜਿਸ ਨੂੰ ਅੰਗਰੇਜ਼ੀ ਵਿੱਚ ਓਮਮ ਆਖਦੇ ਹਨ। ਬਿੰਦ ਤੋਂ ਮੁਰਾਦ ਉਸ ਸ਼ੈ ਦੀ ਹੈ ਜਿਸ ਤੋਂ ਦੇਹ ਬਣਦੀ ਹੈ, ਜਿਸ ਨੂੰ ਅੰਗਰੇਜ਼ੀ ਵਿੱਚ ਸਪਰਮੈਟੋਜ਼ੋਆ ਕਹਿੰਦੇ ਹਨ, ਜਿਸ ਨੂੰ ਰਕਤ ਧਾਰਨ ਕਰਦੀ ਹੈ ਤੇ ਮਾਤਾ ਦੇ ਪੇਟ ਵਿੱਚ ਵੱਧ ਮੌਲ ਕੇ ਸਰੀਰ ਬਣਾ ਦਿੰਦੀ ਹੈ। ਪਿਰਾਣ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਪ੍ਰਗਿਆਨ ਭਾਵ ਪਛਾਣ। ਗੁਰਬਾਣੀ ਵਿੱਚ ਆਇਆ ਹੈ, ਪੂਰਬ ਪ੍ਰੀਤ ਪਿਰਾਣ ਲੈ ਮੋਟਾ ਠਾਕੁਰ ਮਾਨ, ਮਾਰੂ ਵਾਰ ਮਹੱਲਾ ਤੀਜਾ। ਇੱਥੇ ਅਰਥ ਪਛਾਣ ਹੀ ਲੱਗਦਾ ਹੈ। ਅਗਨੀ ਪਾਸ ਪਿਰਾਣ ਦਾ ਭਾਵ ਹੈ ਕਿ ਇੱਕ ਤਾਂ ਤੇਰਾ ਮੂਲ ਰਗਤ ਬਿੰਦ ਹੈ, ਕੇਵਲ ਸਮੀਪਤਾ ਉਸ ਵੇਲੇ ਅੱਗ ਦੀ ਸੀ ਜਿਸ ਨੇ ਸਰੀਰ ਬਣਾ ਦਿੱਤਾ। ਇਹ ਵੀ ਪਛਾਣ ਲੈ, ਜਠਰਾਗਨੀ ਵਿੱਚ ਬਣਦਾ ਹੈ ਸਰੀਰ, ਇਉਂ ਅਗਨੀ ਮੂਲ ਨਾਲ ਗਈ ਕਿ ਰਗਤ ਬਿੰਦ ਨੂੰ ਪਕਾ ਕੇ ਅਗਨੀ ਨੇ ਤੈਨੂੰ ਬਣਾਇਆ ਹੈ, ਇਹ ਹੈ ਤੇਰਾ ਮੂਲ। ਪਰ ਜੇ ਰਕਤ ਬਿੰਦ ਦਾ ਨੀਵਾਂ ਮੂਲ ਦੱਸ ਕੇ ਅੰਤ ਵੀ ਅਗਨੀ ਦੱਸਿਆ ਜਾਵੇ ਤਾਂ ਅਰਥ ਇਉਂ ਲੱਗਦਾ ਹੈ ਕਿ ਤੇਰਾ ਮੂਲ ਤਾਂ ਇਹ ਹੈ ਤੇ ਅੰਤ ਤੇਰਾ ਅਗਨੀ ਵਿੱਚ ਸਵਾਹ ਹੋ ਜਾਣਾ ਹੈ, ਇਹ ਗੱਲ ਵੀ ਪਛਾਣ ਲੈ। ਨੰਬਰ 2, ਕਈ ਸਿਆਣੇ ਇਹ ਅਰਥ ਲਾਉਣ ਲਈ ਪਿਰਾਣ ਦਾ ਅਰਥ ਹੋਰਵੇਂ ਕਰਨਾ ਪਸੰਦ ਕਰਦੇ ਹਨ। ਪਿਰਾਣ ਦਾ ਮੂਲ ਪਰਿਆਣ ਸਮਝ ਕੇ ਜਾਣਾ ਅਰਥ ਕਰਦੇ ਹਨ ਕਿ ਤੇਰਾ ਅੰਤ ਅਗਨੀ ਪਾਸ ਜਾਣਾ ਹੈ। ਮਸਤਕ ਸੱਚ ਨਿਸ਼ਾਨ, ਤੇਰੇ ਮੱਥੇ ਤੇ ਸੱਚਾ ਨਿਸ਼ਾਨਾ ਪਿਆ ਹੈ ਕਿ ਇੱਕ ਦਿਨ ਦੇਹ ਨੇ ਨਹੀਂ ਰਹਿਣਾ। ਹੋਰਵੇਂ ਵੀ ਭਾਵ ਲੈਂਦੇ ਹਨ, ਜਿਵੇਂ ਕਿ ਤੇਰੇ ਮੱਥੇ ਤੇ ਸੱਚ ਦਾ ਨਿਸ਼ਾਨ ਪਿਆ ਹੋਇਆ ਹੈ ਤਾਂ ਤੇ ਤੂੰ ਸਿਮਰਨ ਵਿੱਚ ਲੱਗ। ਨਿਸ ਦਾ ਭਾਵ ਹੈ ਰਾਤ ਨੂੰ, ਸਰਪਣ ਦਾ ਭਾਵ ਹੈ ਸਰਪਣੀ, ਸਪਣੀ ਭਾਵ ਹੈ ਮਾਇਆ। ਜੈਸੇ ਫੁਰਮਾਇਆ ਹੈ, ਮਾਇਆ ਹੋਈ ਨਗਨੀ ਜਗਤ ਰਹੀ ਲਪਟਾਈ, ਵਾਰ ਗੁਜਰੀ ਮਹੱਲਾ ਤੀਜਾ। ਵੇਦਾਂਤ ਅਨੁਸਾਰ ਮਾਇਆ ਹੈ ਵਿਦਿਆ, ਯੋਗ ਅਨੁਸਾਰ ਵਿਦਿਆ ਹੈ ਪਹਿਲਾ ਕਲੇਸ਼। ਇਸ ਦਾ ਰੂਪ ਹੈ ਅਨਾਤਮਾ ਵਿੱਚ ਆਤਮ ਬੁੱਧੀ ਕਰਨੀ, ਅਨਿੱਤ ਨੂੰ ਨਿੱਤ ਸਮਝਣਾ ਆਦਿ। ਲੋਏ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਲੋਕ ਭਾਵ ਦੇਖਣਾ, ਪ੍ਰਾਕਿਰਤੀ ਵਿੱਚ ਲੋਏ, ਪੰਜਾਬੀ ਵਿੱਚ ਲੋਏ ਭਾਵ ਪ੍ਰਕਾਸ਼ ਚਾਨਣ ਦਿਸੇਗਾ ਪ੍ਰਤੀਤ ਹੋਵੇਗਾ। ਕਈ ਲੋਏ ਨੂੰ ਲੋਟ ਲਕਾਰ ਵਿੱਚ ਸਮਝ ਕੇ ਦੇਖ ਅਰਥ ਕਰਦੇ ਹਨ। ਮੀਨ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਮੀਨ ਭਾਵ ਮੱਛ ਮੱਛੀ।